ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 7 ਅਗਸਤ 2024 ਦੇ ਦਿਨ ਹੈ ਬੁੱਧਵਾਰ, ਯਾਨੀ ਵੈਂਸਡੇ। ਸ਼ੁਕਲ ਪਕਸ਼ ਤ੍ਰਿਤੀਆ ਤਿਥੀ ਰਹੇਗੀ ਰਾਤ ਦੇ 10:07 ਤੱਕ। ਅੱਜ ਗੰਡਮੂਲ ਨਹੀਂ ਹੈ, ਅੱਜ ਪੰਚਕ ਵੀ ਨਹੀਂ ਹੈ। ਗੱਲ ਕਰੀਏ ਰਾਹੂ ਕਾਲ ਦੀ, ਤੇ ਦੁਪਹਿਰ ਦੇ 12:26 ਤੋਂ ਲੈ ਕੇ ਦੁਪਹਿਰ ਦੇ 2:06 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਅੱਜ ਦਾ ਸਭ ਤੋਂ ਸ਼ੁਭ ਸਮਾਂ, ਕੋਈ ਜ਼ਰੂਰੀ ਕੰਮ ਤੁਸੀਂ ਕਰਨਾ, ਕੋਈ ਇੰਪੋਰਟੈਂਟ ਡਿਸੀਜਨ ਤੁਸੀਂ ਲੈਣਾ, ਅਤੇ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਸ਼ਾਮ ਦੇ 5:27 ਤੋਂ ਲੈ ਕੇ ਸ਼ਾਮ ਦੇ 7:07 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਕੋਈ ਵਾਹਨ, ਕੋਈ ਗੱਡੀ, ਕੋਈ ਪ੍ਰੋਪਰਟੀ ਖਰੀਦਣ ਦੇ ਯੋਗ ਅੱਜ ਨਜ਼ਰ ਆ ਰਹੇ ਨੇ। ਕੋਈ ਚੀਜ਼ ਤੁਸੀਂ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ, ਉਹ ਅੱਜ ਤੁਹਾਨੂੰ ਮਿਲ ਸਕਦੀ ਹੈ। ਥੋੜ੍ਹੇ ਫੈਮਿਲੀ ਮੈਂਬਰਸ ਦੇ ਵਿੱਚ ਜ਼ਰੂਰ ਡਿਫਰੈਂਸ ਆਫ ਓਪੀਨੀਅਨ ਪਰੇਸ਼ਾਨ ਕਰ ਸਕਦੇ ਨੇ, ਪਰ ਜਿੱਦਾਂ ਦਿਨ ਅੱਗੇ ਵਧੇਗਾ ਇਹ ਡਿਫਰੈਂਸਿਸ ਵੀ ਸੋਰਟ ਆਊਟ ਹੋਣੇ ਸ਼ੁਰੂ ਹੋ ਜਾਣਗੇ। ਹਾਇਰ ਸਟੱਡੀਜ਼ ਵਾਸਤੇ ਜਿਹੜੇ ਸਟੂਡੈਂਟਸ ਐਸਪਾਇਰ ਕਰ ਰਹੇ ਨੇ, ਬਾਹਰ ਜਾ ਕੇ ਕਿਤੇ ਪੜ੍ਹਨਾ, ਪੜ੍ਹਾਈ ਕਰਨਾ ਚਾਹ ਰਹੇ ਨੇ, ਅਤੇ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ। ਅੱਜ ਜਿਹੜਾ ਹੈ ਕਪਲਸ ਇੱਕ ਦੂਜੇ ਨਾਲ ਚੰਗਾ ਟਾਈਮ ਸਪੈਂਡ ਕਰ ਸਕਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਸਿਲਵਰ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮਸਥਲ 'ਤੇ ਆਪਣੀ ਸ਼ਰਧਾ ਅਨੁਸਾਰ ਆਟਾ ਅਤੇ ਘਿਓ ਜਾ ਕੇ ਦਿਆਂਗੇ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਥ ਸੰਬੰਧਿਤ ਛੋਟੀ ਮੋਟੀ ਪ੍ਰੋਬਲਮ ਜਿਹੜੀਆਂ ਨੇ ਪਰੇਸ਼ਾਨ ਕਰ ਸਕਦੀਆਂ ਨੇ, ਇਸ ਕਰਕੇ ਆਪਣਾ ਖਾਸ ਖਿਆਲ ਅੱਜ ਰੱਖਣਾ। ਕੋਈ ਆਪਣੇ ਪਰਸਨਲ ਮੈਟਰਸ ਦੇ ਵਿੱਚ ਕਿਸੇ ਕਰੀਬੀ ਦੀ ਸਲਾਹ ਜਿਹੜੀ ਹੈ ਉਹ ਕਾਫੀ ਤੁਹਾਡੇ ਵਾਸਤੇ ਫਾਇਦੇਮੰਦ ਸਾਬਿਤ ਹੋਏਗੀ। ਇਸ ਕਰਕੇ ਕੋਈ ਇਸ਼ੂਜ਼ ਤੁਹਾਡੇ ਲਾਈਫ 'ਚ ਚੱਲ ਰਹੇ ਨੇ ਜਿਨ੍ਹਾਂ ਦੇ ਉੱਤੇ ਵੀ ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੋ, ਤੁਹਾਨੂੰ ਜ਼ਰੂਰ ਡਿਸਕਸ ਕਰਨੇ ਚਾਹੀਦੇ ਨੇ। ਲੰਬੀ ਯਾਤਰਾ ਕੋਈ ਤੁਸੀਂ ਅੱਜ ਪਲਾਨ ਕੀਤੀ ਹੈ ਤਾਂ ਪੂਰੀ ਸਾਵਧਾਨੀ ਨਾਲ ਅੱਜ ਪਲਾਨ ਕਰਨੀ ਚਾਹੀਦੀ ਹੈ। ਅੱਜ ਜਿਹੜਾ ਹੈ ਪ੍ਰੋਪਰਟੀ ਲੈਣ ਵਾਸਤੇ ਵੀ ਸਿਤਾਰੇ ਬੁਲੰਦ ਨਜ਼ਰ ਆ ਰਹੇ ਨੇ। ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਚੱਲ ਰਹੀਆਂ ਸੀ ਅਤੇ ਉਹਨਾਂ ਦਾ ਵੀ ਸਲਿਊਸ਼ਨ ਨਿਕਲ ਆਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਪਰਪਲ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਜ਼ਰੂਰਤਮੰਦ ਸ਼ਖਸ ਨੂੰ ਪੈਰਾਂ 'ਚ ਚੱਪਲਾਂ ਜਾਂ ਬੂਟ ਪਵਾ ਦਿੱਤੇ ਜਾਣ ਅਤੇ ਦਿਨ ਹੋਰ ਵੀ ਵਧੀਆ ਬਣ ਸਕਦਾ। ਜੈਮਿਨਾਈ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ ਹੁਣ ਸਿਹਤ 'ਚ ਸੁਧਾਰ ਦੇਖਣ ਨੂੰ ਮਿਲੇਗਾ। ਲੰਬੇ ਸਮੇਂ ਤੋਂ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਚੱਲ ਰਹੀ ਸੀ, ਹੁਣ ਉਹ ਤੁਹਾਡੇ ਵਾਸਤੇ ਕੋਈ ਨਾ ਕੋਈ ਸ਼ਖਸ ਕਾਫੀ ਹੈਲਪਫੁਲ ਸਾਬਿਤ ਹੋਏਗਾ। ਪੈਸੇ ਦਾ ਇੰਤਜ਼ਾਮ ਕਿਤੇ ਨਾ ਕਿਤੇ ਹੁੰਦਾ ਹੋਇਆ ਨਜ਼ਰ ਆ ਰਿਹਾ। ਖਾਸ ਲੋਕਾਂ ਨਾਲ ਕਿਤੇ ਡਰਾਈਵਿੰਗ ਜਾਂ ਆਊਟਿੰਗ ਦੇ ਚਾਂਸਸ ਬਣ ਸਕਦੇ ਨੇ। ਅੱਜ ਰੀਅਲ ਇਸਟੇਟ ਸੈਕਟਰ ਨਾਲ ਜਿਹੜੇ ਲੋਕ ਜੁੜੇ ਹੋਏ ਨੇ, ਭਾਵੇਂ ਤੁਸੀਂ ਪ੍ਰੋਪਰਟੀ ਡੀਲਰ ਹੋ ਜਾਂ ਫਿਰ ਤੁਸੀਂ ਕੰਸਟਰਕਸ਼ਨ ਨਾਲ ਜੁੜੇ ਹੋਏ ਹੋ, ਅੱਜ ਦਾ ਦਿਨ ਤੁਹਾਡੇ ਵਾਸਤੇ ਕਾਫੀ ਫਾਇਦੇਮੰਦ ਸਾਬਿਤ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਰੈੱਡ, ਅਤੇ ਤੁਸੀਂ ਉਪਾਅ ਕੀ ਕਰਨਾ, ਪੀਲੇ ਰੰਗ ਦਾ ਰੁਮਾਲਾ ਸਪੈਸ਼ਲੀ ਗੁਰਦੁਆਰਾ ਸਾਹਿਬ ਜਾ ਕੇ ਜ਼ਰੂਰ ਚੜਾ ਕੇ ਆ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਅੱਜ ਵਰਕ ਪਲੇਸ ਥੋੜ੍ਹਾ ਜਿਹਾ ਬੋਰਿੰਗ ਹੋ ਸਕਦਾ, ਪਰ ਉਹਨੂੰ ਇੰਟਰਸਟਿੰਗ ਬਣਾਉਣ ਵਾਸਤੇ ਮਿਹਨਤ ਵੀ ਤੁਹਾਨੂੰ ਆਪ ਹੀ ਕਰਨੀ ਪੈਣੀ ਹੈ। ਪ੍ਰੋਪਰਟੀ ਕੋਈ ਵੇਚਣਾ ਚਾਹ ਰਹੇ ਸੀ ਅਤੇ ਚੰਗੀ ਕੀਮਤ ਜਿਹੜੀ ਹੈ ਤੁਹਾਨੂੰ ਮਿਲ ਸਕਦੀ ਹੈ, ਜ਼ਰੂਰਤ ਹੈ ਅਤੇ ਥੋੜ੍ਹੀ ਜਿਹੀ ਆਪਣੀ ਪ੍ਰੋਪਰਟੀ ਦੀ ਮਾਰਕੀਟਿੰਗ ਕਰਨ 'ਚ। ਅਕੈਡਮਿਕ ਫਰੰਟ ਦੇ ਉੱਤੇ ਅੱਜ ਜਿਹੜਾ ਹੈ ਸਟੂਡੈਂਟਸ ਵਾਸਤੇ ਸਕਸੈਸ ਵਾਲਾ ਦਿਨ ਨਜ਼ਰ ਆ ਰਿਹਾ, ਕੋਈ ਰਿਜ਼ਲਟ ਐਕਸਪੈਕਟ ਕਰ ਰਹੇ ਹੋ ਤਾਂ ਵਧੀਆ ਆਏਗਾ, ਕਿਸੇ ਕੰਪਟੀਸ਼ਨ ਵਾਸਤੇ ਅਪੀਅਰ ਕਰ ਰਹੇ ਹੋ ਅਤੇ ਉੱਥੇ ਵੀ ਤੁਹਾਡੀ ਸਕਸੈਸ ਨਜ਼ਰ ਆਉਂਦੀ ਹੈ। ਰਿਲੇਸ਼ਨਸ਼ਿਪ ਫਰੰਟ ਜਿਹੜਾ ਬੋਰਿੰਗ ਹੋ ਰਿਹਾ ਅਤੇ ਉਹਨੂੰ ਇੰਟਰਸਟਿੰਗ ਬਣਾਉਣ ਵਾਸਤੇ ਐਫਰਟਸ ਤੁਹਾਨੂੰ ਆਪ ਕਰਨੇ ਪੈਣੇ, ਥੋੜ੍ਹੀ ਜਿਹੀ ਮਿਸਅੰਡਰਸਟੈਂਡਿੰਗਸ ਤੋਂ ਜੇ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਬਿਹਤਰ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਡਾਰਕ ਬਲੂ, ਅਤੇ ਤੁਸੀਂ ਉਪਾਅ ਕੀ ਕਰਦੇ, ਆਪਣੇ ਰਾਈਟ ਹੈਂਡ ਵਿੱਚ ਜੇ ਹਰੇ ਰੰਗ ਦਾ ਧਾਗਾ ਜਾਂ ਹਰੇ ਰੰਗ ਦਾ ਰਿਸਟਬੈਂਡ ਤੁਸੀਂ ਪਾ ਕੇ ਰੱਖੋ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ।
ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਕਿਸੇ ਹੈਲਥ ਪ੍ਰੋਬਲਮ ਨੂੰ ਦੂਰ ਭਜਾਉਣ ਵਾਸਤੇ, ਕੋਈ ਬਿਮਾਰੀ ਤੋਂ ਰਾਹਤ ਪਾਉਣ ਵਾਸਤੇ ਘਰੇਲੂ ਨੁਸਖੇ ਵੀ ਰਾਮਬਾਨ ਇਲਾਜ ਸਾਬਿਤ ਹੋ ਸਕਦੇ ਨੇ। ਜ਼ਰੂਰਤ ਹੈ ਤਾਂ ਸਿਰਫ ਥੋੜ੍ਹਾ ਜਿਹਾ ਫੇਥ ਦਿਖਾਉਣ ਦੀ। ਆਮਦਨੀ ਦੇ ਸਰੋਤ ਜਿਹੜੇ ਨੇ ਉਹ ਵੱਧ ਸਕਦੇ ਨੇ, ਆਮਦਨੀ ਦੇ ਸੋਰਸਿਸ ਜਿਹੜੇ ਨੇ ਉਹ ਵੱਧ ਸਕਦੇ ਨੇ, ਜਿਹਦੇ ਕਾਰਨ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮਸ ਚੱਲ ਰਹੀਆਂ ਨੇ ਉਹ ਦੂਰ ਹੋਣਗੀਆਂ। ਕੋਈ ਰਿਸ਼ਤੇਦਾਰ ਤੁਹਾਨੂੰ ਮਿਲਣ ਵਾਸਤੇ ਕਾਫੀ ਐਕਸਾਈਟਡ ਰਹੇ ਅੱਜ ਮਹਿਸੂਸ ਕਰ ਸਕਦੇ ਨੇ। ਕਿਤੇ ਨਾ ਕਿਤੇ ਐਜੂਕੇਸ਼ਨ ਫਰੰਟ ਦੇ ਉੱਤੇ ਟੀਮ ਵਰਕ ਵੀ ਇੱਕ ਸਹੀ ਸਟੈਪ ਸਾਬਿਤ ਹੋਏਗਾ ਤੁਹਾਡੇ ਡਾਊਟਸ ਨੂੰ ਕਲੀਅਰ ਕਰਨ ਵਾਸਤੇ, ਤੁਹਾਡੀ ਪਰਫੋਰਮੈਂਸ ਨੂੰ ਇੰਪਰੂਵ ਕਰਨ ਵਾਸਤੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਵਾਈਟ, ਅਤੇ ਤੁਸੀਂ ਉਪਾਅ ਕੀ ਕਰਨਾ, 1x1 ਦਾ ਚਾਂਦੀ ਦਾ ਚਕੋਰ ਟੁਕੜਾ ਤੁਸੀਂ ਸਾਰਾ ਦਿਨ ਆਪਣੇ ਕੋਲੇ ਜ਼ਰੂਰ ਰੱਖਣਾ। ਵਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਮੈਡੀਟੇਸ਼ਨ ਦੇ ਜ਼ਰੀਏ ਜਿਹੜਾ ਇਮੋਸ਼ਨਲ ਸਟ੍ਰੈਸ ਜਾਂ ਮੈਂਟਲ ਸਟ੍ਰੈਸ ਤੁਹਾਡੀ ਲਾਈਫ 'ਚ ਚੱਲ ਰਿਹਾ ਉਹਨੂੰ ਦੂਰ ਕੀਤਾ ਜਾ ਸਕਦਾ। ਇਸ ਕਰਕੇ ਥੋੜ੍ਹਾ ਜਿਹਾ ਆਪਣੇ ਵਾਸਤੇ, ਆਪਣੇ ਆਪ ਨੂੰ ਸਪਿਰਿਚੁਅਲੀ ਐਲੀਵੇਟ ਕਰਨ ਵਾਸਤੇ ਸਮਾਂ ਜ਼ਰੂਰ ਕੱਢਣਾ ਚਾਹੀਦਾ। ਕਿਸੇ ਜ਼ਰੂਰੀ ਕੰਮ ਵਾਸਤੇ ਲੋਨ ਲੈਣਾ ਪੈ ਸਕਦਾ, ਇਸ ਕਰਕੇ ਡਾਕੂਮੈਂਟੇਸ਼ਨ 'ਚ ਅੱਜ ਦਿਨ ਜਿਹੜਾ ਹੈ ਥੋੜ੍ਹਾ ਪਹਿਲਾਂ ਨਾਲੋਂ ਜ਼ਿਆਦਾ ਵਿਅਸਤ ਰਹਿ ਸਕਦਾ। ਕਿਤੇ ਵਕੇਸ਼ਨ 'ਤੇ ਜਾਣਾ ਸੀ ਅਤੇ ਬਾਏ ਰੋਡ ਜਾਣ ਦਾ ਵੀ ਪਲਾਨ ਬਣ ਸਕਦਾ, ਪਰ ਹਾਂ ਪੂਰੀ ਤਿਆਰੀ ਕਰਕੇ ਜਾਣਾ। ਜਲਦੀ ਕੋਈ ਪਲਾਟ ਜਾਂ ਕੋਈ ਅਪਾਰਟਮੈਂਟ ਖਰੀਦਣ ਦੇ ਯੋਗ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ, ਇਸ ਕਰਕੇ ਆਪਣੇ ਫੰਡਸ ਨੂੰ ਬੜਾ ਵਾਈਜ਼ਲੀ ਮੈਨੇਜ ਕਰਕੇ ਚੱਲਣਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਗੋਲਡਨ, ਅਤੇ ਤੁਸੀਂ ਉਪਾਅ ਕੀ ਕਰਨਾ, ਗਊ ਨੂੰ 200 ਗ੍ਰਾਮ ਗੁੜ ਖਵਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਥ ਪ੍ਰੋਬਲਮਸ ਤੋਂ ਜੇ ਛੁਟਕਾਰਾ ਪਾਉਣਾ ਹੈ ਤਾਂ ਥੋੜ੍ਹੇ ਜਿਹੇ ਦਾਦੀ ਮਾਂ ਦੇ ਘਰੇਲੂ ਨੁਸਖੇ ਵੀ ਅਪਣਾਉਣੇ ਚਾਹੀਦੇ ਨੇ। ਜਲਦੀ ਕੋਈ ਟਰੈਵਲ ਜਿਹੜਾ ਹੈ ਪ੍ਰੋਗਰਾਮ ਉਹ ਮਟੀਰੀਅਲਾਈਜ਼ ਹੁੰਦਾ ਹੋਇਆ ਨਜ਼ਰ ਆ ਰਿਹਾ, ਅਚਾਨਕ ਤੁਹਾਨੂੰ ਆਫਿਸ ਵੱਲੋਂ ਵੀ ਟਰੈਵਲ ਕਰਨਾ ਪੈ ਸਕਦਾ। ਰੀਅਲ ਇਸਟੇਟ ਸੈਕਟਰ 'ਚ ਅੱਜ ਇਨਵੈਸਟ ਕਰਨਾ ਕਾਫੀ ਫਾਇਦੇਮੰਦ ਸਾਬਿਤ ਹੋਏਗਾ ਤੁਹਾਡੇ ਵਾਸਤੇ, ਲੌਂਗ ਟਰਮ ਗੇਨਸ ਵੀ ਹੁਣ ਨਜ਼ਰ ਆ ਰਹੇ ਨੇ। ਅੱਜ ਜਿਹੜੇ ਹੈ ਤੁਹਾਡੇ ਪਾਰਟਨਰ ਤੁਹਾਨੂੰ ਸਰਪ੍ਰਾਈਜ਼ ਦੇਣ ਵਾਸਤੇ ਵੀ ਪਲਾਨ ਕਰ ਸਕਦੇ ਨੇ, ਤੁਹਾਨੂੰ ਜ਼ਰੂਰ ਪਾਰਟੀਸਿਪੇਟ ਕਰਨਾ ਚਾਹੀਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਔਰੇਂਜ, ਅਤੇ ਤੁਸੀਂ ਉਪਾਅ ਕੀ ਕਰਨਾ, ਜ਼ਰੂਰਤਮੰਦ ਲੋਕਾਂ 'ਚ ਜੇ ਲਾਲ ਰੰਗ ਦੀ ਚੀਜ਼ਾਂ ਦਾ ਦਾਨ ਦਿੱਤਾ ਜਾਵੇ, ਲਾਲ ਕੱਪੜਾ ਹੋਵੇ, ਫਰੂਟਸ ਹੋਵੇ, ਲਾਲ ਰੰਗ ਦੀ ਮਿਠਾਈ ਹੋਵੇ, ਤਾਂ ਤੁਹਾਡੇ ਵਾਸਤੇ ਦਿਨ ਹੋਰ ਵੀ ਖਾਸ ਬਣ ਸਕਦਾ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਬਦਲਦੇ ਮੌਸਮ ਦੇ ਕਾਰਨ ਕੁਛ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ, ਆਪਣੇ ਮੂਡ 'ਚ ਵੀ ਤੁਹਾਨੂੰ ਚਿੜਚਿੜਾਹਟ ਦੇਖਣ ਨੂੰ ਮਿਲ ਸਕਦੀ ਹੈ, ਇਸ ਕਰਕੇ ਜਦੋਂ ਵੀ ਇਹੋ ਜਿਹਾ ਮਹਿਸੂਸ ਹੋਵੇ ਉਸ ਜਗ੍ਹਾ ਤੋਂ ਉੱਠ ਜਾਣਾ ਹੀ ਬਿਹਤਰ ਹੁੰਦਾ। ਅੱਜ ਦੇ ਦਿਨ ਜਿਹੜਾ ਹੈ ਟਰੈਵਲ ਕਰਨ ਨਾਲ ਵੀ ਤੁਹਾਨੂੰ ਕਾਫੀ ਅੱਛੇ ਗੇਨਸ ਹੋਣਗੇ, ਸਕਸੈਸ ਜਿਹੜੀ ਹੈ ਨਜ਼ਰ ਆ ਰਹੀ ਹੈ, ਜਿਸ ਕੰਮ ਵਾਸਤੇ ਤੁਹਾਨੂੰ ਟਰੈਵਲ ਕਰਨਾ ਪੈ ਰਿਹਾ ਕੰਮ ਦੇ ਵੀ ਬਣਨ ਦੇ ਸੰਕੇਤ ਨਜ਼ਰ ਆ ਰਹੇ ਨੇ। ਕੁਛ ਲੋਕ ਜਿਹੜੇ ਸਿੰਗਲ ਨੇ ਉਹਨਾਂ ਦੀ ਵਿਆਹ ਦੀ ਗੱਲਬਾਤ ਹੁਣ ਅੱਗੇ ਵੱਧ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 5, ਲੱਕੀ ਕਲਰ ਰਹੇਗਾ ਮਜੈਂਟਾ, ਅਤੇ ਤੁਸੀਂ ਉਪਾਅ ਕੀ ਕਰਨਾ, ਕਾਲੇ ਕੁੱਤੇ ਨੂੰ ਦੁੱਧ ਅਤੇ ਬਿਸਕਿਟ ਖਵਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਦੀ ਖਾਣ ਪਾਣ ਦੇ ਕਾਰਨ ਤੁਸੀਂ ਫਿਜ਼ੀਕਲੀ ਫਿੱਟ ਰਹੋਗੇ, ਇਨਫੈਕਟ ਜਿਹੜਾ ਹੈ ਐਨਰਜੀ ਤੁਹਾਡੀ ਬਰਕਰਾਰ ਰਹੇਗੀ। ਪੈਸਾ ਬਚਾਉਣ ਵਾਸਤੇ ਛੋਟੀ ਛੋਟੀ ਸੇਵਿੰਗਸ ਜਿਹੜੀ ਹੈ ਕਰਨੀ ਸ਼ੁਰੂ ਕਰਨੀਆਂ ਚਾਹੀਦੀਆਂ ਨੇ, ਪਲੈਨਿੰਗ ਨਾਲ ਜੇ ਚੱਲਿਆ ਜਾਵੇ ਤਾਂ ਫਿਰ ਚੰਗੀ ਕਿਸੇ ਇੰਪੋਰਟੈਂਟ ਇਵੈਂਟ ਵਾਸਤੇ ਤੁਸੀਂ ਚੰਗੀ ਸੇਵਿੰਗਸ ਕਰ ਸਕੋਗੇ। ਪ੍ਰੋਫੈਸ਼ਨਲ ਫਰੰਟ ਦੇ ਉੱਤੇ ਕੋਈ ਵੱਡਾ ਪ੍ਰੋਜੈਕਟ ਤੁਹਾਨੂੰ ਸੌਂਪਿਆ ਜਾ ਸਕਦਾ ਹੈ, ਕਿਸੇ ਹੋਰ ਸ਼ਖਸ ਦਾ ਕਾਰਜਭਾਰ ਵੀ ਵਰਕਲੋਡ ਵੀ ਤੁਹਾਨੂੰ ਮਿਲ ਸਕਦਾ। ਰੀਅਲ ਇਸਟੇਟ ਸੈਕਟਰ 'ਚ ਇਨਵੈਸਟ ਕਰਨਾ ਤੁਹਾਡੇ ਵਾਸਤੇ ਕਾਫੀ ਪ੍ਰੋਫਿਟੇਬਲ ਸਾਬਿਤ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 18, ਲੱਕੀ ਕਲਰ ਰਹੇਗਾ ਸੈਫਰਨ ਯਾਨੀ ਕੇਸਰੀਆ, ਅਤੇ ਤੁਸੀਂ ਉਪਾਅ ਕੀ ਕਰਨਾ, ਸ਼੍ਰੀ ਚੌਪਾਈ ਸਾਹਿਬ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਚੰਗੀ ਸ਼ੇਪ 'ਚ ਵਾਪਸ ਆਉਣ ਵਾਸਤੇ ਵੇਟ ਲੋਸ ਵਾਸਤੇ ਕੁਛ ਨਵਾਂ ਸ਼ੁਰੂ ਕਰਨਾ ਜ਼ਰੂਰੀ ਹੈ।
ਜੇ ਇਹੀ ਨਵੀਂ ਚੀਜ਼ ਦੀ ਸ਼ੁਰੂਆਤ ਕਿਸੇ ਐਕਸਪਰਟ ਦੀ ਸਲਾਹ ਦੇ ਅੰਦਰ ਜਾਂ ਉਹਨਾਂ ਦੀ ਟ੍ਰੇਨਿੰਗ ਦੇ ਅੰਦਰ ਕੀਤੀ ਜਾਵੇ ਤਾਂ ਤੁਹਾਨੂੰ ਜਲਦੀ ਰਿਜ਼ਲਟ ਮਿਲ ਸਕਦੇ ਨੇ। ਰਿਟੇਲਰਸ ਅਤੇ ਡੀਲਰਸ ਵਾਸਤੇ ਅੱਜ ਦਾ ਦਿਨ ਜਿਹੜਾ ਹੈ ਕਾਫੀ ਵਧੀਆ ਨਜ਼ਰ ਆ ਰਿਹਾ, ਪੈਸੇ ਵੱਲੋਂ ਚੰਗੇ ਗੇਨਸ ਤੁਹਾਡੇ ਵਾਸਤੇ ਨਜ਼ਰ ਆ ਰਹੇ ਨੇ। ਨਵੇਂ ਬਿਜ਼ਨਸ 'ਚ ਜਿਹੜਾ ਹੈ ਹਾਲੇ ਬਹੁਤ ਜਲਦਬਾਜ਼ੀ ਕਰਨਾ ਜਾਂ ਕੋਈ ਡੈਸਪਰੇਸ਼ਨ ਦਿਖਾਉਣਾ ਠੀਕ ਨਹੀਂ ਹੋਏਗਾ। ਟ੍ਰੈਡੀਸ਼ਨਲ ਮੈਥਡਸ ਨਾਲ ਹੀ ਚੱਲਣ 'ਚ ਤੁਹਾਡੇ ਵਾਸਤੇ ਸਮਝਦਾਰੀ ਰਹੇਗੀ। ਪ੍ਰੋਪਰਟੀ ਸੰਬੰਧਿਤ ਕੋਈ ਪੇਪਰ ਵਰਕ ਪੈਂਡਿੰਗ ਚੱਲ ਰਿਹਾ ਸੀ, ਉਹ ਜ਼ਰੂਰ ਅੱਜ ਕੰਪਲੀਟ ਕੀਤਾ ਜਾ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਯੈਲੋ, ਅਤੇ ਤੁਸੀਂ ਉਪਾਅ ਕੀ ਕਰਨਾ, ਜਿੰਨਾ ਮੁਮਕਿਨ ਹੋਵੇ ਓਮ ਸ਼ਬਦ ਨਾਲ ਮੈਡੀਟੇਟ ਜ਼ਰੂਰ ਕਰਨਾ। ਐਕਵੇਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਕਿਰਾਏ ਜਿਹੜਿਆਂ ਦੀ ਪ੍ਰੋਪਰਟੀ ਖਾਲੀ ਪਈ ਹੈ, ਜੇ ਉਹਨੂੰ ਕਿਰਾਏ 'ਤੇ ਤੁਸੀਂ ਚੜ੍ਹਾਉਣੇ ਹੋ ਤਾਂ ਆਮਦਨ ਦੇ ਸੋਰਸਿਸ ਵਧਣਗੇ। ਆਲਰੇਡੀ ਚੜ੍ਹਾਈ ਹੋਈ ਪ੍ਰੋਪਰਟੀ ਨੂੰ ਵੀ ਜੇ ਇੰਕਰੀਮੈਂਟ ਤੁਸੀਂ ਐਕਸਪੈਕਟ ਕਰ ਰਹੇ ਸੀ, ਉਹ ਵੀ ਹੋ ਸਕਦਾ। ਹੁਣ ਜਿਹੜੇ ਲੋਕ ਕਿਰਾਏ 'ਤੇ ਰਹਿ ਰਹੇ ਸੀ, ਆਪਣਾ ਘਰ ਖਰੀਦਣ ਦਾ ਸੁਪਨਾ ਵੀ ਤੁਹਾਡਾ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ, ਸਿਤਾਰੇ ਅੱਜ ਪ੍ਰੋਪਰਟੀ ਫਰੰਟ 'ਤੇ ਓਵਰਆਲ ਤੁਹਾਡੇ ਉੱਤੇ ਮਿਹਰਬਾਨ ਨੇ। ਫਿਟਨੈਸ ਰੂਟੀਨ ਨੂੰ ਜੇ ਕੋਈ ਵਿੱਚ ਚੇਂਜਸ ਕਰਨੇ ਨੇ ਤਾਂ ਕਿਸੇ ਟ੍ਰੇਨਰ ਦੇ ਜਿਹੜਾ ਹੈ ਅੰਡਰ ਮੈਂਟਰਸ਼ਿਪ ਦੇ ਅੰਡਰ ਹੀ ਕਰਨੇ ਚਾਹੀਦੇ ਨੇ। ਇੰਟਰਨੈਟ ਤੋਂ ਪੜ੍ਹ ਕੇ ਫੈਂਸੀ ਡਾਇਟਸ ਨੂੰ ਵੀ ਟਰਾਈ ਕਰਨ ਨੂੰ ਅੱਜ ਅਵੋਇਡ ਕਰਨਾ। ਆਫਿਸ ਵਿੱਚ ਤੁਹਾਨੂੰ ਕਿਸੇ ਕੰਮ ਦੇ ਨੂੰ ਲੈ ਕੇ ਸ਼ਾਬਾਸ਼ੀ ਮਿਲ ਸਕਦੀ ਹੈ, ਬੌਸ ਤੁਹਾਡੀ ਕਾਬਿਲੀਅਤ ਤੋਂ ਵੀ ਇੰਪ੍ਰੈਸਡ ਰਹਿਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਮਰੂਨ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਆਪਣੀ ਸ਼ਰਧਾ ਅਨੁਸਾਰ ਆਪਣੇ ਸਮਰਥਿਆ ਅਨੁਸਾਰ ਹਰੀ ਸਬਜ਼ੀਆਂ ਅਤੇ ਫਰੂਟ ਜਾ ਕੇ ਦਿਆਣੇ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਜਿਹੜੇ ਲੋਕਾਂ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ, ਹੁਣ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲੇਗਾ। ਵਰਕਪਲੇਸ ਦੇ ਉੱਤੇ ਤੁਸੀਂ ਆਪਣੇ ਸੀਨੀਅਰਸ ਦੇ ਫੇਵਰੇਟ ਵੀ ਬਣ ਸਕਦੇ ਹੋ, ਕਿਸੇ ਬਹੁਤ ਇੰਪੋਰਟੈਂਟ ਮੀਟਿੰਗ ਜਾਂ ਕਾਨਫਰੰਸ 'ਚ ਤੁਹਾਨੂੰ ਇੰਕਲੂਡ ਕੀਤਾ ਜਾ ਸਕਦਾ। ਪ੍ਰੋਪਰਟੀ ਡੀਲਰਸ ਅਤੇ ਬਿਲਡਰਸ ਵਾਸਤੇ ਵੀ ਅੱਜ ਦਾ ਦਿਨ ਖਾਸ ਨਜ਼ਰ ਆ ਰਿਹਾ, ਚੰਗੇ ਕਲਾਇੰਟਸ ਨਾਲ ਮੁਲਾਕਾਤ ਹੋਏਗੀ, ਚੰਗੇ ਪੈਸੇ ਦੀ ਉਮੀਦ ਤੁਸੀਂ ਅੱਜ ਰੱਖ ਸਕਦੇ ਹੋ। ਹਾਇਰ ਐਜੂਕੇਸ਼ਨ 'ਚ ਵਾਸਤੇ ਵਿਦੇਸ਼ ਜਾਣ ਦਾ ਸੁਪਨਾ ਕਈ ਬੱਚਿਆਂ ਦਾ ਪੂਰਾ ਹੁੰਦਾ ਹੋਇਆ ਵੀ ਅੱਜ ਨਜ਼ਰ ਆ ਰਿਹਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 3, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਜ਼ਰੂਰਤਮੰਦ ਸ਼ਖਸ ਨੂੰ ਐਮਰਜੈਂਸੀ ਲਾਈਟ ਦੇ ਨਾਲ ਚੀਨੀ ਦਾ ਦਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।